ਪੰਜਾਬ 'ਚ ਨਸ਼ਾ ਖਤਮ ਕਰਨ ਦੇ ਲਈ ਇੱਕ ਪਾਸੇ ਜਿੱਥੇ ਸੂਬਾ ਸਰਕਾਰ ਵੱਲੋਂ ਕਈ ਕਦਮ ਚੁੱਕੇ ਜਾ ਰਹੇ ਹਨ, ਉੱਥੇ ਹੀ ਲੁਧਿਆਣਾ ਦੀ ਸਪੈਸ਼ਲ ਟਾਸਕ ਫੋਰਸ ਟੀਮ ਨੇ ਇੱਕ ਵੱਡੀ ਸਫਲਤਾ ਹਾਸਲ ਕਰਦੇ ਹੋਏ ਪੰਜਾਬ ਪੁਲਿਸ ਦੇ ਡੀਐਸਪੀ ਦੇ ਛੋਟੇ ਭਰਾ ਭਾਬੀ ਸਮੇਤ ਤਿੰਨ ਨਸ਼ਾ ਤਸਕਰਾਂ ਨੂੰ 5 ਕਰੋੜ ਰੁਪਏ ਦੀ ਹੀਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ, ਜਿਸ ਦੇ ਬਾਰੇ ਐਸਟੀਐਫ ਦੇ ਏਆਈਜੀ ਸ਼ਰਮਾ ਅਤੇ ਡੀਐਸਪੀ ਸੁਰਿੰਦਰ ਕੁਮਾਰ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੱਤੀ। ਡੀਐਸਪੀ ਮੁਤਾਬਕ ਐਸਟੀਐਫ ਦੇ ਲੁਧਿਆਣਾ ਫਿਰੋਜ਼ਪੁਰ ਰੇਂਜ ਦੇ ਇੰਚਾਰਜ ਹਰਬੰਸ ਸਿੰਘ ਰਹਿਲ ਨੂੰ ਮੁਖਬਰ ਖਾਸ ਨੇ ਸੂਚਨਾ ਦਿੱਤੀ ਕਿ ਇੱਕ ਵਿਅਕਤੀ ਤੇ ਮਹਿਲਾ ਅੰਮ੍ਰਿਤਸਰ ਤੋਂ ਹੀਰੋਇਨ ਦੀ ਖੇਪ ਲੈ ਕੇ ਭਾਈ ਰਣਧੀਰ ਸਿੰਘ ਨਗਰ 'ਚ ਆਏ ਹਨ, ਜਿਸ ਤੋਂ ਬਾਅਦ ਪੁਲਿਸ ਪਾਰਟੀ ਨੇ ਸਖ਼ਤ ਕਾਰਵਾਈ ਕਰਦੇ ਹੋਏ ਮੌਕੇ ਤੇ ਛਾਪੇਮਾਰੀ ਕੀਤੀ ਅਤੇ ਇਸ ਦੌਰਾਨ ਐਸਟੀਐਫ ਦੀ ਟੀਮ ਨੇ ਮੌਕੇ ਤੇ ਦੋ ਕਾਰਾਂ ਦੀ ਤਲਾਸ਼ੀ ਲਈ, ਜਿਸ 'ਚੋਂ ਪੁਲਿਸ ਨੇ ਦੋ ਵਿਅਕਤੀਆਂ ਤੇ ਇੱਕ ਮਹਿਲਾ ਕੋਲੋਂ 1 ਕਿਲੋ 52 ਗ੍ਰਾਮ ਹੀਰੋਇਨ ਬਰਾਮਦ ਕੀਤੀ। ਹੀਰੋਇਨ ਦੇ ਨਾਲ ਇਹਨਾਂ ਮੁਲਜ਼ਮਾਂ ਤੋਂ 1,02,000 ਰੁਪਏ ਦੀ ਡਰੱਗ ਮਨੀ, 1 ਇਲੈਕਟ੍ਰੋਨਿਕ ਕਾਂਟਾ, 100 ਖਾਲੀ ਲਿਫਾਫੇ ਬਰਾਮਦ ਕੀਤੇ ਗਏ। ਐਸਟੀਐਫ ਲੁਧਿਆਣਾ ਰੇਂਜ ਔਰ ਕਾਊਂਟਰ ਇੰਟੈਲੀਜੈਂਸ ਨੇ ਇੱਕ ਸਾਂਝੇ ਆਪਰੇਸ਼ਨ ਦੇ ਦੌਰਾਨ 3 ਵਿਅਕਤੀ, ਹਰਪ੍ਰੀਤ ਸਿੰਘ ਨੈਟੀ, ਉਸਦੀ ਪਤਨੀ ਔਰ ਇੱਕ ਦਲਬਾਰਾ ਸਿੰਘ, ਇਹਨਾਂ ਨੂੰ ਗ੍ਰਿਫਤਾਰ ਕੀਤਾ। ਇਹਨਾਂ ਕੋਲੋਂ 1 ਕਿਲੋ ਔਰ 57 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਨਾਲ ਇਹਨਾਂ ਕੋਲੋਂ 3 ਕਾਰਾਂ ਜਿਹੜੀਆਂ ਕਿ ਇਸ ਧੰਦੇ ਵਾਸਤੇ ਯੂਜ਼ ਕਰਦੇ ਸੀ ਉਹ ਬਰਾਮਦ ਕੀਤੀਆਂ ਗਈਆਂ ਨੇ। 1,02,000 ਰੁਪਇਆ ਕੈਸ਼, 20 ਮੋਬਾਈਲ ਫੋਨ ਔਰ 10 ਘੜੀਆਂ ਇਹ ਬਰਾਮਦ ਕੀਤੀਆਂ ਗਈਆਂ ਨੇ। ਇਹ ਕਾਫੀ ਚਿਰ ਤੋਂ ਇਸ ਧੰਦੇ ਵਿੱਚ ਲੱਗੇ ਹੋਏ ਸਨ ਔਰ ਇਹ ਜਿਹੜਾ ਸਮਾਨ ਇਹਨਾਂ ਕੋਲ ਮਿਲਿਆ ਹੈਗਾ, ਘੜੀਆਂ, ਮੋਬਾਈਲ ਵਗੈਰਾ, ਜਿਨ੍ਹਾਂ ਵਿਅਕਤੀਆਂ ਕੋਲ ਕੰਜ਼ਿਊਮਰਸ ਕੋਲ ਪੈਸੇ ਨਹੀਂ ਸੀ ਹੁੰਦੇ, ਇਹ ਸਮਾਨ ਰੱਖ ਕੇ ਇਹਨਾਂ ਕੋਲ ਆਪਣਾ ਸਮਾਨ ਲੈ ਕੇ ਚਲੇ ਜਾਂਦੇ ਸਨ ਔਰ ਇਸ ਦੇ ਨਾਲ ਜਿਹੜਾ ਇਹ ਕਾਫੀ ਵੱਡਾ ਨੈਟਵਰਕ, ਜਿਹੜਾ ਲੋਕਲ ਪੈਡਲਿੰਗ ਦਾ ਨੈਟਵਰਕ ਸੀਗਾ, ਰਿਟੇਲ ਨੈਟਵਰਕ, ਉਹ ਬ੍ਰੇਕ ਹੋਇਆ ਔਰ ਇਹ ਸਾਰੀ ਸਪਲਾਈ ਜਿਹੜੀ ਇਹਨਾਂ ਕੋਲੋਂ ਅਜੇ ਤੱਕ ਜੋ ਤਫਤੀਸ਼ ਵਿੱਚ ਆਇਆ ਅੰਮ੍ਰਿਤਸਰ ਤਰਨ ਤਾਰਨ ਏਰੀਏ 'ਚੋਂ ਲੈ ਕੇ ਆਉਂਦੇ ਸੀਗੇ। ਅਸੀਂ ਇਹਨਾਂ ਦੇ ਪਿਛਲੇ ਪਾਸੇ ਜਿੱਥੋਂ ਸਪਲਾਈ ਆ ਰਹੀ ਸੀ ਉਹਨਾਂ ਨੂੰ ਵੀ ਫੜਨ ਦੀ ਕੋਸ਼ਿਸ਼ ਕਰ ਰਹੇ ਹਾਂ ਔਰ ਤਫਤੀਸ਼ ਜਾਰੀ ਹੈ। ਸਰ ਕਿੰਨੇ ਟਾਈਮ ਤੋਂ ਲੱਗੇ ਹੋਏ ਸਰ ਇਸ ਕੰਮ ਵਿੱਚ? ਇਹ ਪਿਛਲੇ 7-8 ਸਾਲ ਤੋਂ ਇਸ ਕੰਮ ਦੇ ਵਿੱਚ ਲੱਗੇ ਹੋਏ ਨੇ। ਕਿੰਨੀ ਰਿਕਵਰੀ ਹੋਈ ਹੈ? 1 ਕਿਲੋ ਔਰ 57 ਗ੍ਰਾਮ। ਸਰ ਇਹਨਾਂ ਕੋਈ ਅਪਰਾਧਿਕ ਬੈਕਗ੍ਰਾਊਂਡ ਵੀ ਹੈਗਾ ਕੇਸ ਦਾ ਜੋ ਹੈ? ਹਾਂਜੀ, ਇਹਨਾਂ ਦੇ FIR ਰਜਿਸਟਰ ਹੋਈਆਂ ਜੀ, NDPS ਦੇ FIR ਰਜਿਸਟਰ ਹੋਈਆਂ ਤਿੰਨਾਂ ਦੇ ਉੱਪਰ। ਡੀਐਸਪੀ ਸੁਰਿੰਦਰ ਕੁਮਾਰ ਮੁਤਾਬਕ ਕਾਬੂ ਕੀਤੇ ਗਏ ਮੁਲਜ਼ਮਾਂ 'ਚੋਂ 2 ਮੁਲਜ਼ਮ ਪੰਜਾਬ ਪੁਲਿਸ 'ਚ ਬਠਿੰਡਾ 'ਚ ਤਾਇਨਾਤ ਨੇ। ਡੀਐਸਪੀ ਦਿਲਪ੍ਰੀਤ ਸਿੰਘ ਦੇ ਭਰਾ ਅਤੇ ਭਰਜਾਈ ਹਨ, ਪਰ ਇਹਨਾਂ ਦੇ ਡੀਐਸਪੀ ਦਿਲਪ੍ਰੀਤ ਸਿੰਘ ਦੇ ਨਾਲ ਪਰਿਵਾਰਕ ਸੰਬੰਧ ਠੀਕ ਨਹੀਂ ਹਨ। ਫੜੇ ਗਏ ਤਿੰਨਾਂ ਮੁਲਜ਼ਮਾਂ ਦੀ ਪਹਿਚਾਣ ਹਰਪ੍ਰੀਤ ਸਿੰਘ ਨੈਟੀ, ਸਰਬਜੀਤ ਕੌਰ ਅਤੇ ਦਰਬਾਰਾ ਸਿੰਘ ਬਿੱਲਾ ਦੇ ਰੂਪ ਵਿੱਚ ਹੋਈ ਹੈ। ਪੁਲਿਸ ਮੁਲਜ਼ਮਾਂ ਤੋਂ ਪੁੱਛਗਿੱਛ ਕਰ ਰਹੀ ਹੈ ਕਿ ਇਹ ਹੀਰੋਇਨ ਕਿੱਥੋਂ ਲੈ ਕੇ ਆਏ ਸਨ ਅਤੇ ਕਿਸ ਨੂੰ ਸਪਲਾਈ ਕਰਨ ਜਾ ਰਹੇ ਸਨ। ਲੁਧਿਆਣਾ ਤੋਂ ਰਜਿੰਦਰ ਅਰੋੜਾ ਦੀ ਰਿਪੋਰਟ, D5 ਚੈਨਲ, ਪੰਜਾਬੀ।